ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜਸਪਾਲ ਪੀਵੀ 13 ਤੇ ਜਿਹੜੇ ਮੇਰੇ ਬਾਈ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਇਹ ਵੀਰੇ ਆਪਣਾ ਕੰਟੈਕਟ ਨੰਬਰ ਹੈ ਜੇ ਮੇਰੇ ਕਿਸੇ ਵੀ ਵੀਰ ਨੇ ਕੋਈ ਵੀ ਖੇਤੀਬਾੜੀ ਦਾ ਸੰਬੰਧ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਜਾਂ ਕੋਈ ਵੀ ਇਕ ਪਸ਼ੂ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਡ ਲਗਾਉਣੀ ਹੋਵੇ ਤਾਂ ਵੀ ਤੇ ਸਾਡੇ ਕੰਟੈਕਟ ਨੰਬਰ ਤੇ ਪੰਜ ਸੱਤ ਫੋਟੋਆਂ ਤੇ ਉਸ ਚੀਜ਼ ਦੀ ਬੰਦ ਦੀ ਜਾਣਕਾਰੀ ਸੈਂਡ ਕਰ ਦਿਓ ਜੀ ਅਸੀਂ ਤੁਹਾਡੀ ਐਡ ਸਾਡੇ ਚੈਨਲ ਤੇ ਲਾ ਦਾਂਗੇ ਆਪਾਂ ਵੀਰੇ ਐਡ ਬਿਲਕੁਲ ਫਰੀ ਦੇ ਵਿੱਚ ਲਾਉਨੇ ਆ ਕੋਈ ਕਮਿਸ਼ਨ ਨਹੀਂ ਆਪਣਾ ਕੋਈ ਪੈਸੇ ਨਹੀਂ ਅੱਜ ਗੱਲ ਕਰਾਂਗੇ ਵੀਰੇ ਆਪਾਂ ਬਸ਼ੇਰੇ ਬਾਰੇ ਇਹ ਬਸ਼ੇਰਾ ਭਾਈਆਂ ਨੇ ਸੇਲ ਕਰਨਾਗਾ ਇਹ ਹੈ ਵੀਰੇ ਸਾਢੇ 3 ਮਹੀਨਿਆਂ ਦਾਗਾ ਤੇਰੀ ਮਾਂ ਦੀ ਹਾਈਟ ਤੇ ਜੋ 62 ਇੰਚ ਹਾਈਟ ਸੀ ਤੇ ਇਹਦੇ ਪਿਓ ਦੀ ਹਾਈਟ ਵੀਰੇ 65 ਇੰਚ ਸੀ ਤੇ ਸੁਨਾਮ ਵਾਲੇ ਕਾਊਂਟਰ ਦਾ ਬੱਚਾ ਵੀਰੇ ਫੱਟੀ ਵਾਲਾ ਕਾਦਾ ਵਧੀਆ ਸਪੋਰਟਲੈਸ ਵਧੀਆ ਹਾਈਟ ਵਗੈਰਾ ਵਧੀਆ ਕਾਦਾ ਵੀਰੇ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਰਹੇ ਹੋ ਨਾ ਬਾਈ ਸੁਨਾਮ ਵਾਲੇ ਕਾਊਂਟਰ ਦਾ ਬੱਚਾ ਬਾਈ ਪੂਰਾ ਆਉਣ ਵਾਲੇ ਵਧੀਆ ਜਿਵੇਂ ਸੇਬਾਈ ਨੇ ਕਰੇ ਰੱਖਣਾ ਵਧੀਆ ਸ਼ਾਨ ਬਣੂਗਾ ਇਹ ਜੀ ਗੱਲ ਨਹੀਂ ਕੋਈ ਪੂਰਾ ਹਨ ਕਦ ਕੋ ਆਠਾ ਵਧੀਆ ਹਨ ਬਾਕੀ ਤੁਸੀਂ ਵੀਡੀਓ ਚ ਦੇਖ ਰਹੇ ਹਾਂ ਜਿਹਦੀ ਮਾ ਨੁਕਰੀ ਬੰਨ ਦੇਖ ਰਹੇ ਹਾਂ ਇਹ ਜੀ ਮਾ ਦਾ ਕੱਦ ਵੀਰੇ 64 ਇੰਚ ਇਹਦੇ ਪਿਓ ਦਾ ਕੱਦ 65 ਇੰਚ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਆ ਵੀਰ ਪਿੱਛੇ ਜਾਂਦਾ ਹਨਾ ਦੇਖ ਆ ਜਾਂਦਾ ਤੁਰਾ ਦੇਖੋ ਵਧੀਆ ਹਾਈਟ ਵਗੈਰਾ ਵਧੀਆ ਹਨ ਬਸ਼ੇਰਾ ਵੀਰੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਉਹ ਬਾਈਆਂ ਤੋਂ ਪ੍ਰਾਪਤ ਕਰ ਸਕਦੇ ਅਸੀਂ ਉਹਨਾਂ ਦਾ ਨੰਬਰ ਪਾਵਾਂਗੇ ਤੇ ਅਸੀਂ ਵੀ ਇਹਦਾ ਨੰਬਰ ਪਾਵਾਂਗੇ ਭਾਈ ਉਹਨਾਂ ਨਾਲ ਕੰਟੈਕਟ ਕਰਕੇ ਹਨਾ ਤੁਸੀਂ ਇਹ ਬਛੇਰਾ ਖਰੀਦ ਸਕਦੇ ਹੋ ਤੇ ਬਾਕੀ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੇ ਸਪੋਰਟਲੈਸ ਆ ਵਧੀਆ ਹਨ ਤੇ ਬਾਡੀ ਬੁੱਡੀ ਦਾ ਵਧੀਆਗਾ ਬਛੇਰਾ ਵਧੀਆ ਬਨ ਵਾਲਾ ਬਛੇਰਾ ਵੀਰੇ ਹਨਾ ਜਿਵੇਂ ਕਿਸੇ ਬਾਜ਼ ਨੇ ਕਰੇ ਸ਼ੌਂਕਿਆ ਰੱਖਣਾਗਾ ਤੇ ਬਾਈਆਂ ਨੇ ਬਛੇਰੇ ਦਾ ਵੀਰੇ ਰੇਟ ਰੱਖਿਆਗਾ 1.5 ਲੱਖ ਰੁਪਇਆ 1.5 ਲੱਖ ਕੀਮਤ ਰੱਖਿਆ ਬਾਕੀ ਮੌਕੇ ਤੇ ਲੈਸ ਹੋ ਜੂਗੇ ਆ ਸਾਢੇ 3 ਮਹੀਨਿਆਂ ਦਾ ਬਸ਼ੇਰਾ ਬਾਈ ਤੇ ਬਾਈਆਂ ਦਾ ਜੋ ਏਰੀਆ ਵੀਰੇ ਸੰਗਰੂਰ ਜ਼ਿਲ੍ਹੇ ਵਿੱਚ ਪਿੰਡਾਂ ਬਾਈਆਂ ਦਾ ਛਾਜਲਾ ਪਿੰਡ ਹੈ ਵੀਰੇ ਬਾਈਆਂ ਦਾ ਸੁਨਾਮ ਕੋਲ ਵੀਰੇ ਸਾਜਲਾ ਪਿੰਡਾਂ ਬਾਈਆਂ ਦਾ ਉੱਥੇ ਇਹ ਬਸ਼ੇਰਾ ਖੜਾਗਾ 1.5 ਲੱਖ ਬਾਈਆਂ ਨੇ ਕੀਮਤ ਰੱਖੀ ਆ ਬਾਕੀ ਅਸੀਂ ਬਾਈਆਂ ਦਾ ਕੰਟੈਕਟ ਨੰਬਰ ਪਾਵਾਂਗੇ ਉਥੇ ਕਾਲ ਕਰਕੇ ਵੀ ਤੁਸੀਂ ਇਹ ਵਸੇਰਾ ਖਰੀਦ ਸਕਦੇ ਹੋ। ਬਾਕੀ ਕੰਡੀਸ਼ਨ ਤੁਸੀਂ ਦੇਖ ਰਹੇ ਹੋਗੇ। ਜਾਂਦਾ ਵੀ ਆਪ ਜੀ ਮਾਰ ਦੇ ਪਿੱਛੇ ਪਏ ਭੱਜਿਆ ਹਨਾ ਵਧੀਆ ਹੈ ਟੂਟਾ ਵੀ। ਬਾਕੀ ਜਿਹੜੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਕਰਿਓ ਸਬਸਕ੍ਰਾਈਬ। ਤੇ ਬਾਕੀ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ। ਤੇ ਬਾਕੀ ਵੀਰਾਂ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਕੱਲ ਨੂੰ। ਧੰਨਵਾਦ ਸਾਰੇ ਵੀਰਾਂ।